ਦਿੱਲੀ ਪੁਲਿਸ ਦੀ ਖਬਰ ਦੇ ਅਸਰ ਤੋਂ ਬਾਅਦ ਇੱਕ ਗਰੀਬ ਵਕਤ ਦੇ ਮਾਰੇ ਪਰਿਵਾਰ ਦੇ ਦਿਨ ਹੀ ਬਦਲ ਗਏ। ਜਿੱਥੇ ਪਹਿਲਾਂ ਇਸ ਪਰਿਵਾਰ ਕੋਲ ਨਾ ਰਹਿਣ ਲਈ ਘਰ ਸੀ ਅਤੇ ਆਪਣਾ ਇਕਲੌਤਾ ਬੱਚਾ ਵੀ ਇਹ ਪਰਿਵਾਰ ਗਵਾ ਚੁੱਕਿਆ ਸੀ, ਉੱਥੇ ਹੀ ਹੁਣ ਪਰਿਵਾਰ ਨੇ ਆਪਣਾ ਇੱਕ ਆਲੀਸ਼ਾਨ ਘਰ ਬਣਾ ਲਿਆ। ਇਸ ਘਰ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ ਇੱਕ ਸਮਾਜ ਸੇਵੀ ਸੰਸਥਾ ਨੇ। ਦਰਅਸਲ ਕੁਝ ਸਮਾਂ ਪਹਿਲਾਂ ਹੋਈ ਬਰਸਾਤ ਨੇ ਪਰਿਵਾਰ ਨੂੰ ਦੁੱਖਾਂ ਵਿੱਚ ਪਾ ਦਿੱਤਾ ਸੀ। ਬਰਸਾਤ ਦੇ ਕਾਰਨ ਘਰ ਦੀ ਛੱਤ ਡਿੱਗ ਗਈ ਅਤੇ ਕਮਰੇ ਵਿੱਚ ਪਰਿਵਾਰ ਦਾ ਛੋਟਾ ਬੱਚਾ ਕੱਪੜੇ ਬਦਲ ਰਿਹਾ ਸੀ, ਜਿਸ ਦੇ ਸਿਰ ਵਿੱਚ ਗਾਡਰ ਵੱਜਣ ਦੇ ਕਾਰਨ ਉਸਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਦਿੱਲੀ ਪੋਸਟ ਵੱਲੋਂ ਖਬਰ ਦਿਖਾਈ ਗਈ ਅਤੇ ਖਬਰ ਦਿਖਾਉਣ ਤੋਂ ਬਾਅਦ ਪਰਿਵਾਰ ਦੇ ਦਿਨ ਹੀ ਬਦਲ ਗਏ। ਇੱਕ ਸਮਾਜ ਸੇਵੀ ਸੰਸਥਾ ਨਾਦਰੀ ਫਾਊਂਡੇਸ਼ਨ ਪਰਿਵਾਰ ਲਈ ਅੱਗੇ ਆਈ ਅਤੇ ਪਰਿਵਾਰ ਦੇ ਲਈ ਘਰ ਬਣਾ ਕੇ ਦਿੱਤਾ। ਕੁਛ ਨਹੀਂ ਜੀ, ਬਾਰਿਸ਼ ਆਈ ਸੀਗੀ, ਬਾਰਿਸ਼ ਦੇ ਕਰਕੇ ਡਿੱਗ ਪਈ। ਸਾਨੂੰ ਪਤਾ ਵੀ ਨਹੀਂ ਸੀਗਾ ਇਸ ਚੀਜ਼ ਦਾ ਵੀ ਡਿੱਗ ਜਾਣਾ ਵਾ। ਨਿਗਾਹ ਦੇ ਵਿੱਚ ਸਾਈਡ ਤੋਂ ਗਾਡਰ ਗਲੇ ਹੋਏ ਸੀਗੇ, ਉਹ ਗਾਡਰ ਪਿੱਛੋਂ ਨਿਕਲ ਕੇ ਡਿੱਗ ਪਏ। ਬੱਚਾ ਸਕੂਲ 'ਚੋਂ ਪੜ੍ਹ ਕੇ ਵਾਪਸ ਆਇਆ ਸੀਗਾ, ਆ ਕੇ ਕੱਪੜੇ ਉਤਾਰ ਰਿਹਾ ਸੀਗਾ। ਵੱਧ ਤੋਂ ਵੱਧ 5 ਜਾਂ 10 ਮਿੰਟ ਦਾ ਟਾਈਮ ਹੋਇਆ, ਉਹ ਛੱਤ ਉਹਦੇ ਉੱਪਰ ਜਾ ਪਈ, ਉਸ ਨੀਚੇ ਆ ਕੇ ਮਰ ਗਿਆ। ਉਹਨਾਂ ਨੇ ਮੈਨੂੰ ਮਟੀਰੀਅਲ ਤੋਂ ਲੈ ਕੇ ਜੋ ਮਿਸਤਰੀ ਦੀ ਜਿਹੜੀ A to Z ਸਾਰਾ ਕੰਮ ਇਹਨਾਂ ਨੇ ਕੀਤਾ ਵਾ। ਮੇਰੀ ਬਹੁਤ ਸੇਵਾ ਕੀਤੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੰਸਥਾ ਮੈਂਬਰ ਜਸਵਿੰਦਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਹ ਲੁਧਿਆਣੇ ਤੋਂ ਆਏ ਨੇ ਅਤੇ ਉਹਨਾਂ ਨੂੰ ਡੇਲੀ ਪੋਸਟ ਤੋਂ ਇਸ ਖਬਰ ਦੇ ਬਾਰੇ ਵਿੱਚ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਖੁਦ ਸਮਾਨ ਲਿਆ ਕੇ ਮਕਾਨ ਤਿਆਰ ਕਰਵਾਇਆ। ਫੇਸਬੁੱਕ ਦੇ ਵੀ ਇਹਨਾਂ ਦੀ ਡੀਡੀ ਪੋਸਟ ਵੱਲੋਂ ਜਿਹੜੀ ਵੀਡੀਓ ਪਾਈ ਗਈ ਸੀਗੀ, ਅਤੇ ਸਾਡੇ ਵੀਰ ਵੀ ਇੱਥੋਂ ਹਰਜੀਤ ਸਿੰਘ ਜਿਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਫਰੀਦਕੋਟ ਬਸਤੀ ਜਿਹੜੀ ਆ ਬਾਜੀਗਰ ਬਸਤੀ ਦੇ ਵਿੱਚ ਮਕਾਨ ਡਿੱਗਿਆ, ਸੋ ਪਰਿਵਾਰ ਅਸਮਰੱਥ ਹੈ ਪਾਉਣ ਤੋਂ, ਅਤੇ ਤੁਸੀਂ ਜ਼ਰੂਰ ਇਹਨਾਂ ਦੀ ਹੈਲਪ ਕਰੋ। ਸੋ ਅਸੀਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹਨਾਂ ਨੂੰ 2 ਕਮਰੇ, ਲੈਟਰਿੰਗ ਬਾਥਰੂਮ ਅਤੇ ਰਸੋਈ ਜਿਹੜਾ ਇਹਨਾਂ ਨੂੰ ਪਾ ਕੇ ਦਿੱਤਾ ਜੀ। 5 ਸਾਲ ਹੋ ਗਏ ਨੇ ਜੀ, ਜਿਹਦੇ ਵਿੱਚ ਸਾਡੇ ਮੇਨ ਮਕਸਦ ਪੇਸ਼ੈਂਟ ਨੂੰ ਦਵਾਈ ਦੇਣਾ ਜਾਂ ਉਹਨਾਂ ਦਾ ਇਲਾਜ ਕਰਵਾਉਣਾ ਜਾਂ ਬੱਚਿਆਂ ਦੀ ਪੜ੍ਹਾਈ ਦੇ ਲਈ, ਅਤੇ ਤੀਜਾ ਸਾਡਾ ਮੇਨ ਮੋਟਿਵ ਇਹ ਵੀ ਸੀਗਾ ਜਿਹੜੇ ਪਰਿਵਾਰਾਂ ਦੀ ਛੱਤ ਜਿਹੜੀ ਬਾਰਿਸ਼ ਕਰਕੇ ਡਿੱਗ ਜਾਂਦੀ ਆ ਅਤੇ ਉਹ ਪਾਉਣ ਤੋਂ ਅਸਮਰੱਥ ਹੁੰਦੇ ਆ, ਅਤੇ ਉਹਨਾਂ ਨੂੰ ਅਸੀਂ ਜਿਹੜੀ ਆ ਲੋੜ ਮੁਤਾਬਕ ਜਿਹੜੀ ਸਹਾਇਤਾ ਕਰਦੇ ਹਾਂ। ਸੋ ਹੁਣ ਤੱਕ ਅਸੀਂ ਪਿਛਲੇ 5 ਸਾਲਾਂ ਦੇ ਵਿੱਚ 90 ਤੋਂ ਉੱਪਰ ਮਕਾਨ ਜਿਹੜੇ ਪਾ ਕੇ ਦਿੱਤੇ ਗਏ ਆ ਪੰਜਾਬ ਦੇ ਵਿੱਚ ਅਤੇ ਪੰਜਾਬ ਤੋਂ ਬਾਹਰ ਵੀ। ਸੋ ਇੱਥੇ ਵੀ ਫਰੀਦਕੋਟ ਦੇ ਵਿੱਚ ਹੁਣੇ ਮਕਾਨ ਪਿਆ ਅਤੇ ਨਾਲ ਨਾਲ ਹੁਣ ਵੀ ਸਾਡੇ ਜਿਹੜੇ 7-8 ਜਗ੍ਹਾ ਦੇ ਉੱਪਰ ਮਕਾਨ ਜਿਹੜੇ ਲਗਾਤਾਰ ਚੱਲ ਰਹੇ ਨੇ, ਕੋਈ ਰੋਪੜ ਦੇ ਵਿੱਚ ਚੱਲ ਰਿਹਾ, ਕੋਈ ਗੁਰਦਾਸਪੁਰ ਦੇ ਵਿੱਚ ਚੱਲ ਰਿਹਾ। ਸੋ ਅਸੀਂ ਰਲ ਮਿਲ ਕੇ ਸਾਰੇ ਆਪਣਾ ਦਸਵੰਧ ਕੱਢਦੇ ਹਾਂ ਅਤੇ ਉਹਦੇ ਨਾਲ ਹੀ ਜਿਹੜੀ ਇਹ ਸੇਵਾ ਜਿਹੜੀ ਸੰਭਵ ਹੁੰਦੀ। ਕਹਿੰਦੇ ਨੇ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਅਤੇ ਰੱਬ ਆਪਣੇ ਕਿਸੇ ਬੰਦੇ ਨੂੰ ਜ਼ਰੂਰ ਮਦਦ ਲਈ ਭੇਜਦਾ। ਅਜਿਹਾ ਕੁਝ ਹੋਇਆ ਇਸ ਦੁਖੀ ਪਰਿਵਾਰ ਦੇ ਨਾਲ, ਜਿਸ ਦੇ ਦਿਨ ਹੀ ਇਸ ਮਦਦ ਤੋਂ ਬਾਅਦ ਉਹ ਬਦਲ ਗਏ ਨੇ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ January 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂ ਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।